ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਵਿਚਾਰ ਵਟਾਂਦਰਾ ਅਸੀਂ ਜਾਰੀ ਰੱਖਿਆ ਹੋਇਆ। ਹੁਣ ਮੇਰੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਸਤਪਾਲ ਸਿੰਘ ਬਰਾੜ। ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਕੀ ਕੁਝ ਪ੍ਰਤੀਕਰਮ ਆਪਣਾ ਦੇਣਾ ਚਾਹੁੰਦੇ ਹਨ। ਬਰਾੜ ਜੀ, ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ। ਪਹਿਲਾ ਸਵਾਲ ਮੇਰੇ ਜ਼ਿਹਨ ਦੇ ਵਿੱਚ ਆਉਂਦਾ, ਤੁਸੀਂ ਕੀ ਕੁਝ ਆਪਣੇ ਪ੍ਰਤੀਕਰਮ ਦੇਣਾ ਚਾਹੋਗੇ ਬੇਅਦਬੀ ਮਾਮਲੇ ਨੂੰ ਲੈ ਕੇ? ਬੇਅਦਬੀ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਆਲੂਵਾਲੀ ਸਾਹਿਬ ਆਪ ਜੀ ਅਤੇ ਆਪ ਜੀ ਦੇ ਮਾਣ ਮੱਤੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਸਹਿਤ ਗੁਰਫਤਿਹ ਜੀ। ਗੁਰਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਵਾਹਿਗੁਰੂ ਜੀ ਫਤਿਹ। ਬੇਅਦਬੀ ਮਸਲੇ ਤੇ ਮੁੱਦੇ ਤੇ ਇਹ ਹੈ ਜੀ, ਖੱਟੜਾ ਸਾਹਿਬ ਦੀ ਰਿਪੋਰਟ ਆਈ ਹੈ ਇਹਨਾਂ ਦੇ ਡੀ ਆਈ ਜੀ ਜੋ ਸੈਕਟ ਬਣਾਈ ਸੀਗੀ ਜੀ, ਉਹਨੇ ਦੁੱਧ ਤੇ ਦੁੱਧ ਦਾ ਪਾਣੀ ਕਰਤਾ ਹੈ। ਇਹ ਤਾਂ ਸਾਰਾ ਕੱਲ ਜੋ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਜੋ ਬਹੁਤ ਵੱਡਾ ਡਰਾਮਾ ਕੀਤਾ ਹੈ, ਇੱਕ ਵੱਡੀ ਸਾਜਿਸ਼ ਅਧੀਨ ਆਮ ਆਦਮੀ ਦੇ ਨਾਲ ਰਲ ਕੇ, ਉਹ ਇਹਨਾਂ ਦਾ ਮਕਸਦ ਜਿਹਨੇ ਜੇ ਤੁਸੀਂ ਧਿਆਨ ਨਾਲ ਸਾਰੇ ਸੁਣੀ ਹੋਵੇ ਸਾਰੀ ਇਸ ਡਿਬੇਟ ਨੂੰ, ਉਹ ਮਕਸਦ ਤਾਂ ਉਹਨਾਂ ਦਾ ਇਹ ਨਹੀਂ ਸੀ ਕੋਈ ਬੇਅਦਬੀ ਮੁੱਦੇ ਤੇ। ਬਰਾੜ ਸਾਹਿਬ, ਅਸੀਂ ਤਾਂ ਡਿਬੇਟ ਸੁਣੀ ਸੀਗੀ, ਲੇਕਿਨ ਤੁਹਾਡੇ ਵਿਧਾਇਕਾਂ ਨੇ, ਨੁਮਾਇੰਦਿਆਂ ਨੇ, ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕਿਉਂ ਨਹੀਂ ਸੁਣੀ? ਉਹ ਕਿਉਂ ਵਾਕਆਊਟ ਕਰ ਗਏ? ਉਹਨਾਂ ਨੂੰ ਵੀ ਸੁਣਨੀ ਚਾਹੀਦੀ ਸੀ। ਆਲੂਵਾਲੀਆ ਸਾਹਿਬ, ਆਲੂਵਾਲੀਆ ਸਾਹਿਬ 14 ਮਿੰਟ ਦੇਣੇ 8 ਘੰਟੇ ਦੀ ਡਿਬੇਟ ਦੇ ਵਿੱਚੋਂ ਕਿੱਧਰਲਾ ਇਨਸਾਫ ਹੈ, ਕਿੱਧਰਲਾ ਇਨਸਾਫ ਹੈ? ਲੇਕਿਨ ਮੈਂ ਆਪ ਅਸੀਂ ਆਪ ਵੇਖਿਆ, ਸਪੀਕਰ ਸਾਹਿਬ ਨੇ ਕਿਹਾ ਸੀਗਾ ਉਹਨਾਂ ਨੂੰ ਕਿ ਤੁਸੀਂ ਬੈਠੋ, ਅਸੀਂ ਤੁਹਾਨੂੰ ਪੂਰਾ ਟਾਈਮ ਦੇਵਾਂਗੇ, ਲੇਕਿਨ ਉਹਨਾਂ ਨੇ ਇਹ ਗੱਲ ਸੁਣੀ ਨਹੀਂ, ਇਸ ਗੱਲ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਵਾਕਆਊਟ ਕਰ ਗਏ ਅਸੈਂਬਲੀ ਤੋਂ। ਆਲੂਵਾਲੀਆ ਸਾਹਿਬ ਸਪੀਕਰ ਦੇ ਨਾਲ 3 ਮੀਟਿੰਗਾਂ ਹੋਈਆਂ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ। ਅੱਛਾ, 14 ਮਿੰਟ ਤੇ 3 ਮਿੰਟ ਬੀਜੇਪੀ ਨੂੰ, 17 ਮਿੰਟ ਦਿੱਤੇ ਜਾ ਰਹੇ ਆ, 8 ਘੰਟੇ ਦੀ ਡਿਬੇਟ ਹੈ। ਇਹਨਾਂ ਨੂੰ ਡਿਸਕਲੋਜ ਕਰਨਾ ਵੀ ਬਣਦਾ ਸੀਗਾ ਵੀ ਅਸੀਂ ਏਡੀ ਵੱਡੀ ਪਲੈਨਡ ਪ੍ਰੋਗਰਾਮ ਆ ਸਾਡਾ, ਤੇ ਭਾਈ ਤੁਸੀਂ ਜਿੰਨਾ ਤੁਹਾਨੂੰ ਟਾਈਮ ਦੇਵਾਂਗੇ ਤੁਸੀਂ ਉਹਦੇ ਚ ਨੋਟ ਕੀਤਾ ਹੋਣਾ ਹੈ। ਉੱਥੇ ਜੋ ਬੇਅਦਬੀ ਮੁੱਦੇ ਤੋਂ ਬਾਹਰ ਜਾ ਕੇ ਆਪਣਾ SGPC ਤੋਂ ਇਹਨਾਂ ਤੋਂ ਕਬਜ਼ਾ ਕਿਵੇਂ ਲਿਆ ਜਾਵੇ ਜਾਂ ਵਗੈਰਾ ਵਗੈਰਾ, ਇਹ ਮੁੱਦਿਆਂ ਦਾ ਕਿੱਧਰ ਸੰਬੰਧ ਆ ਗਿਆ? ਇਹ ਇੱਕ ਸਾਜਿਸ਼ ਸੀ ਆਪਣੇ ਆਪ ਨੂੰ, ਕਾਂਗਰਸ ਪਾਰਟੀ ਆਪਣੀ ਹੋਂਦ ਗਵਾ ਚੁੱਕੀ ਸੀ ਪੰਜਾਬ ਚ, ਇਸ ਬਾਰੇ ਇਹਨਾਂ ਦਾ ਦਾਅ ਲੱਗ ਗਿਆ ਆਮ ਆਦਮੀ ਪਾਰਟੀ ਦੇ ਘੀਚ ਘਚੋਲੇ ਦੇ ਵਿੱਚ, ਤੇ ਹੁਣ ਇਹ ਸੋਚਦੇ ਪਏ ਸੀ 84 ਵਾਲੇ ਦਾਗ ਵੀ ਲੱਗਦੇ ਹੱਥ ਧੋ ਲਈਏ। ਪੰਜਾਬ ਦੇ ਲੋਕ, ਸਿੱਖ ਸੰਗਤ, ਦੁਨੀਆਂ ਭਰ ਦੇ ਸਿੱਖ ਇਹਨਾਂ ਦੇ ਖੂਨੀ ਪੰਜੇ ਨੂੰ ਨਾ ਭੁੱਲੇ ਆ ਨਾ ਭੁੱਲਣਗੇ। ਰਾਹੁਲ ਗਾਂਧੀ ਜੋ ਬਿਆਨ ਦੇ ਰਿਹਾ ਹੁਣ ਕਿ ਸਾਡਾ ਜੀ ਦਿੱਲੀ ਦੰਗਿਆਂ ਚ ਕੋਈ ਹੱਥ ਨੀ ਗਾ, ਮੈਂ ਕਹਿੰਦਾ ਇਹ ਲੱਖ ਲਾਂਤ ਹੈ ਇਹਨਾਂ ਦੇ, ਇਹ ਗੱਲਾਂ ਕਹਿਣ ਦੀ ਜ਼ਰੂਰਤ ਕਿਵੇਂ ਕਰ ਸਕਦੇ ਆ? ਇਹਨਾਂ ਨੇ ਤਾਂ ਉਹਨਾਂ ਨੂੰ ਟਿਕਟਾਂ ਦਿੱਤੀਆਂ, ਉਸ ਤੋਂ ਬਾਅਦ ਉਹਨਾਂ ਨੂੰ ਮਨਿਸਟਰੀਆਂ ਦਿੱਤੀਆਂ, ਕਾਤਲਾਂ ਨੂੰ, ਜਗਦੀਪ ਪੈਡਲ ਨੂੰ, ਦੂਜੇ ਬਾਕੀ ਸਭ ਨੂੰ ਜੀ, ਉਹਨਾਂ ਦੇ ਕੇਸਾਂ ਦੀ ਪੈਰਵਾਈ ਇਹ ਕਰ ਰਹੇ ਹੈ, ਔਰ ਇਹ ਕਿਹੜੇ ਮੂੰਹ ਨਾਲ ਕਹਿ ਸਕਦੇ ਕਿ ਕਾਂਗਰਸ ਦਾ ਹੱਥ ਨਹੀਂ ਗਾ? ਅੱਛਾ ਬਰਾੜ ਸਾਹਿਬ, ਲੱਖ ਲਾਣਤਾਂ, ਲੱਖ ਲਾਣਤਾਂ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਨੂੰ ਹੈਗੀ ਹੈ, ਲੇਕਿਨ ਕਾਂਗਰਸ ਕਹਿੰਦੀ ਹੈ ਲੱਖ ਲਾਣਤਾਂ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਬੇਅਦਬੀ ਮਾਮਲਿਆਂ ਦੇ ਵਿੱਚ ਸਭ ਤੋਂ ਪਹਿਲਾਂ ਨਾ ਸ਼੍ਰੋਮਣੀ ਅਕਾਲੀ ਦਲ ਬਾਅਦ ਬਾਅਦ ਦਾ। ਦੇਖੋ ਖੱਟੜਾ ਸਾਹਿਬ ਦੀ ਤੁਸੀਂ ਉਹਦੀ ਸਿੱਟ ਦੀ ਰਿਪੋਰਟ ਜਿਹੜੀ ਕਮੇਟੀ ਬਣਾਈ ਹੈ ਇਹਨਾਂ ਨੇ ਉਹਨੂੰ ਪ੍ਰਵਾਨ ਕੀਤਾ, ਉਹਦੇ ਵਿੱਚ ਇਹੋ ਹੀ ਹੈ ਕਿ ਅਸਲੀ ਦੋਸ਼ੀਆਂ ਦੇ ਤੱਕ ਉਹ ਪਹੁੰਚ ਗਏ ਸੀਗੇ, ਪਹੁੰਚਣ ਜਾਣੀ ਟਾਈਮ ਹੈ, ਜਿਹੜੇ ਟਾਈਮ ਪੀਰੀਅਡ ਦੀ ਮੰਗ ਤੋਂ ਇਹਨਾਂ ਦਾ ਡਿਸਪਿਊਟ ਹੋਇਆ ਉੱਥੇ ਸੰਗਤਾਂ ਨਾਲ। ਬਾਕੀ ਜੋ ਇਹ ਕਾਂਗਰਸ ਦਾ ਅਸੀਂ ਹੈਰਾਨ ਹੁੰਦੇ ਹਾਂ ਵੀ ਇਹ ਕਿੱਧਰੋਂ ਸਿੱਖ ਧਰਮ ਦੇ ਮਦਈ ਬਣ ਗਏ, ਜੋ ਸ਼੍ਰੋਮਣੀ ਅਕਾਲੀ ਦਲ ਮੁੜ ਤੋਂ ਲੈ ਕੇ ਸਾਡੀ ਬਦਕਿਸਮਤੀ ਹੈ ਇਹ ਕਿ ਸਾਡੇ ਰਾਜ ਦੌਰਾਨ ਹੋਇਆ, ਇਹ ਇਹ ਇੱਕ ਹਮੇਸ਼ਾ ਸਾਨੂੰ ਇਹਦਾ ਰਿਗਰੈਟ ਰਹੂਗਾ ਔਰ ਹਰ ਸਿੱਖ ਗੁਰਸਿੱਖ ਨੂੰ ਰਹੂਗਾ। ਉਹਦੀ ਅਸੀਂ ਵਾਰ ਵਾਰ ਮਾਫ਼ੀ ਮੰਗੀ ਆ ਔਰ ਉਹਦੀ ਸਜ਼ਾ ਭੁਗਤੀ ਆ, ਅੱਜ ਅਸੀਂ ਤੀਜੇ ਨੰਬਰ ਤੇ ਹੈ 10 ਸਾਲ ਰਾਜ ਕਰਨ ਵਾਲੀ ਪਾਰਟੀ, ਪਰ ਉਹਦਾ ਮਕਸਦ ਇਹ ਨੀ ਕਿ ਇਹ ਸਾਨੂੰ ਫਤਵੇ ਦੇਣ ਜਿਹਨਾਂ ਦੇ ਹੱਥ ਖੂਨੀ ਪੰਜੇ ਰੰਗੇ ਹੋਏ ਆ, ਜਿਹੜੇ ਸਿੱਖ ਵਿਰੋਧੀ ਹੈ ਔਰ ਜਿਨ੍ਹਾਂ ਦੇ ਕਤਲ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੀ ਤੇ ਹੋਰਾ ਕਮਿਸ਼ਨ ਜੋ ਕਿ ਤੁਹਾਡੇ ਸਰਕਾਰ ਦੇ ਟਾਈਮ ਬਣਾਈ ਗਈ ਸੀਗੀ, ਸੁਖਬੀਰ ਬਾਦਲ ਨੇ ਖੁਦ ਆਪ ਬਣਾਈ ਸੀਗੀ, ਉਹ ਕਮਿਸ਼ਨ ਨੂੰ ਮਿਲਾ ਕੇ, ਉਹਦੀ ਰਿਪੋਰਟ ਨੂੰ ਮਿਲਾ ਕੇ, ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਮਿਲਾ ਕੇ ਉਹ ਸਾਰੇ ਤੱਤ ਇਕੱਠੇ ਕਰਕੇ ਤੁਹਾਡੇ ਸਾਹਮਣੇ ਰੱਖੇ ਗਏ ਸੀਗੇ, ਜਿਹਨੂੰ 10-10 ਰੁਪਏ ਦੇ 5-5 ਰੁਪਏ ਦੇ ਭਾਵ ਤੁਹਾਡੇ ਲੀਡਰਾਂ ਨੇ ਵੇਚੇ ਨੇ? ਨਹੀਂ ਨਹੀਂ, ਇੱਕ ਮਿੰਟ, ਆਲੂਵਾਲੀਆ ਸਾਹਿਬ ਇੱਥੇ ਫਰਕ ਹੈ ਜੀ, ਜਸਟਿਸ ਜੋਰਾ ਸਿੰਘ ਦੀ ਰਿਪੋਰਟ ਵੀ ਇਹਨਾਂ ਕੋਲੇ ਹੈ, ਉਹ ਤਾਂ ਇਹਨਾਂ ਨੇ ਰੱਦ ਕਰਕੇ ਆਪਣੀ ਮਰਜ਼ੀ ਨਾਲ ਰਿਪੋਰਟ ਬਣਾਈ ਹੈ ਔਰ ਰਿਪੋਰਟ ਦੇ ਵਿੱਚ ਬਣਾਉਣ ਦੀਆਂ ਪਰਸੋਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਸਾਰਾ ਜੋ ਡਿਸਪਲੇ ਦੱਸੇ ਹੈ ਇਹਦੇ ਵਿੱਚ ਕੌਣ ਕੌਣ ਸ਼ਾਮਲ ਸੀ, ਕਿੱਥੇ ਕਿੱਥੇ ਸ਼ਾਮਲ ਸੀ, ਇਹ ਇੱਕ ਵੱਡੀ ਸਾਜਿਸ਼ ਅਧੀਨ ਸ਼੍ਰੋਮਣੀ ਅਕਾਲੀ ਦਲ ਨੂੰ ਡੈਮੇਜ ਕਰਨ ਵਾਸਤੇ ਰਿਪੋਰਟ ਬਣਾਈ ਗਈ ਹੈ
ਔਰ ਇਹਦੇ ਵਿੱਚ ਜਿਸ ਤਰ੍ਹਾਂ ਤੇ ਇੱਕ ਗੱਲ ਦੱਸੋ ਫਿਰ ਇੱਕ ਗੱਲ ਦੱਸੋ ਚਲੋ ਠੀਕ ਹੈ ਤੁਸੀਂ ਕਹਿੰਦੇ ਹੋ ਕਿ ਤੁਸੀਂ ਪੰਥਕ ਪਾਰਟੀ ਹੋ ਠੀਕ ਹੈ ਇਹ ਤੁਸੀਂ ਕਹਿੰਦੇ ਹੋ ਅਗਰ ਤੁਸੀਂ ਪੰਥਕ ਪਾਰਟੀ ਹੋ ਤੇ ਫਿਰ ਕੱਲ ਬੈ ਕੇ ਗੱਲ ਨੂੰ ਸੁਣਦੇ ਆ ਅਸੈਂਬਲੀ ਦੇ ਵਿੱਚ ਆਪਣੇ ਜਿਹੜੀ ਗੱਲਾਂ ਨੇ ਇਨਸਟੈਡ ਆਫ ਵਾਕਿੰਗ ਆਊਟ ਤੁਸੀਂ ਬੈ ਕੇ ਗੱਲ ਕਰਦੇ ਔਰ ਪੰਥਕ ਮਸਲਿਆਂ ਨੂੰ ਲੈ ਕੇ ਆਉਂਦੇ ਸਾਹਮਣੇ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੁਸੀਂ ਕਰ ਸਕਦੇ ਸੀ ਕਿ ਕੱਲ ਆਲੂ ਵਾਲਿਆ ਸਾਹਿਬ ਇਹਨਾਂ ਕੋਲੇ ਮੈਜੋਰਿਟੀ ਹੈ ਸਪੀਕਰ ਕੋਲੇ ਪਾਵਰਾਂ ਹੁੰਦੀਆਂ ਉਹ ਟਾਈਮ ਜਿਹਨੂੰ ਦੇਵੇ ਜਿਹਨੂੰ ਨਾ ਦੇਵੇ ਤੁਸੀਂ ਇਮੇਜਿਨ ਕਰੋਗੇ 14 ਮਿੰਟ ਸਾਨੂੰ ਟਾਈਮ ਦਿੱਤਾ ਤੇ ਇਹਨਾਂ ਦਾ ਇੱਕ ਇੱਕ ਜਿਹੜਾ ਬੁਲਾਰਾ 35-35 ਮਿੰਟ ਬੋਲਿਆ ਚੁਣ ਚੁਣ ਕੇ ਕਿੱਧਰੋਂ ਅਕਾਲ ਤਖ਼ਤ ਜਥੇਦਾਰ ਦੀ ਭੂਮਿਕਾ ਕਿੱਧਰੋਂ ਉਹਦੀਆਂ ਫਾਈਨੈਂਸ਼ੀਅਲੀ ਕੰਡੀਸ਼ਨਾਂ ਜੋ ਝੂਠ ਪਤਾਣ ਇਹਨਾਂ ਨੇ ਕੱਲ ਵਿਧਾਨ ਸਭਾ ਦੇ ਵਿੱਚ ਮਾਰਿਆ ਉਹਦੀ ਪਵਿੱਤਰਤਾ ਨੂੰ ਭੰਗ ਕੀਤਾ ਇਹਨਾਂ ਨੇ ਉਹਨੂੰ ਯੂਜ਼ ਕੀਤਾ ਐਜ ਏ ਟੂਲ ਜਦੋਂ ਕਿ ਇਹਨਾਂ ਦੀ ਜੋ ਆਮ ਆਦਮੀ ਪਾਰਟੀ ਹੈ ਵਿਰੋਧੀ ਪਾਰਟੀ ਹੁੰਦੀ ਹੈ ਜਿਹੜੀ ਵਿਰੋਧੀ ਪਾਰਟੀ ਵਿੱਚ ਪੜਚੋਲ ਕਰਦੀ ਹੈ ਨਾ ਕਿ ਫੂਲਕਾ ਸਾਹਿਬ ਨੂੰ ਉੱਥੇ ਜੱਫੀਆਂ ਪਾਉਂਦੇ ਉਹਨਾਂ ਨੂੰ ਅਸੀਂ ਧੰਨਵਾਦ ਕਰਦੇ ਹਾਂ ਉਹ ਕਰਦੇ ਹਾਂ ਯੇ ਕਰਦੇ ਹਾਂ ਹੁਣ ਫੂਲਕਾ ਸਾਹਿਬ ਦਿੱਲੀ ਦੇ ਦੰਗੇ ਭੁੱਲ ਗਏ ਕੈਪਟਨ ਅਮਰਿੰਦਰ ਸਿੰਘ ਹੁਣੀ ਉਹ ਵੀ ਹੈ ਸਾਰੇ ਬੰਦੇ ਜਿਨ੍ਹਾਂ ਨੇ ਅੱਜ ਤੱਕ ਕੈਪਟਨ ਸਾਹਿਬ ਕੱਲ ਉੱਥੇ ਕਹਿ ਰਿਹਾ ਕਿ ਆਹ ਆਹ ਬੰਦੇ ਮੈਂ ਗਰੰਟੀ ਦਿੰਦਾ ਇਹਨਾਂ ਨੂੰ ਕੈਪਟਨ ਸਾਹਿਬ ਨੂੰ ਇਹ ਨੀ ਪਤਾ ਵੀ ਇਹਨਾਂ ਬੰਦਿਆਂ ਨੂੰ ਟਿਕਟਾਂ ਮਿਲਦੀਆਂ ਰਹੀਆਂ ਕਦੇ ਕੈਪਟਨ ਸਾਹਿਬ ਬੋਲੇ ਨੀ ਗਏ ਮੂੰਹ ਚ ਘੁੰਗਲੀਆਂ ਪਾਈ ਰੱਖੀਆਂ ਹੁਣ ਕੱਲ ਇਹਨਾਂ ਕੋਲੇ ਮੈਜੋਰਿਟੀ ਹੈ ਅਨਫਾਰਚੂਨੇਟਲੀ ਇਹਨਾਂ ਨੂੰ ਮੈਜੋਰਿਟੀ ਮਿਲ ਗਈ ਹੈ ਇਹਨਾਂ ਦੇ ਪੈਲੇ ਚ ਬਟੇਰ ਆ ਗਿਆ ਹੁਣ ਉਹਦੇ ਨਾਮ ਥੱਲੇ ਇਹ ਜਿੱਥੇ ਮਿਸਯੂਜ਼ ਕਰਨਾ ਚਾਹੁੰਦੇ ਵਿਧਾਨ ਸਭਾ ਨੂੰ ਨਾਲ ਹੀ ਆਪਦੇ ਪੁਰਾਣੇ ਦਾਗ ਹੈ ਜੋ ਇਹਨਾਂ ਤੇ ਲੱਗੇ ਹੋਏ ਜਿਹੜਾ ਕਲੰਕ ਲੱਗਿਆ ਹੋਇਆ ਇਹਨਾਂ ਤੇ ਦਿੱਲੀ ਕਤਲੇਆਮ ਦਾ ਜਿਹਨੂੰ ਸਾਈਡ ਜਿਹਨੂੰ ਡਿਕਲੇਅਰ ਕੀਤਾ ਜਾ ਸਕਦਾ ਉਹ ਤੇ ਖਹਿੜਾ ਛਡਾਉਣਾ ਚਾਹੁੰਦੇ ਹੈ ਨਾਲ ਇਹਨਾਂ ਦੇ ਸਾਜ਼ਿਸ਼ ਅਧੀਨ ਜੋ ਤੁਸੀਂ ਦੇਖ ਲਿਆ ਵੀ ਕਿਵੇਂ ਪਲੈਨਡ ਕਰਕੇ ਬਲਗਾੜੀ ਦੇ ਵਿੱਚ ਧਰਨਾ ਲਵਾਇਆ ਉਹਦੇ ਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਕੈਬਨਿਟ ਮੰਤਰੀ ਵਾਰ ਵਾਰ ਜਾਂਦੇ ਰਹੇ ਹੈ ਸੁਖਪਾਲ ਖਹਿਰਾ ਜਾਂਦਾ ਰਿਹਾ ਹੁਣ ਉਹ ਸਾਰਾ ਉਦੋਂ ਬਾਅਦ ਜਸਟਿਸ ਰਣਜੀਤ ਸਿੰਘ ਨਾਲ ਮੀਟਿੰਗਾਂ ਰਾਤ ਨੂੰ ਦਾਦੂਵਾਲ ਸਾਹਿਬ ਦੀ ਮੀਟਿੰਗ ਹੋ ਰਹੀ ਹੈ ਮੁੱਖ ਮੰਤਰੀ ਨਾਲ 9 ਵਜੇ ਰਾਤ ਨੂੰ ਤੇ ਮੀਡੀਆ ਮੂਹਰੇ ਝੂਠ ਮਾਰੇ ਬਹੁਤ ਵੱਡੀ ਸਾਜ਼ਿਸ਼ ਹੈ ਇਹ ਸੁਚੇਤ ਹੋਣ ਦੀ ਲੋੜ ਹੈ ਸਾਡੇ ਸਿੱਖ ਜਗਤ ਨੂੰ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਅੱਜ ਉਹ ਇਹਦੀ ਢਾਲ ਬਣ ਕੇ ਆਮ ਆਦਮੀ ਜਿਹੜੀ ਹਰ ਫਲਾਪ ਤੇ ਫੇਲ ਹੋ ਗਈ ਸੀ ਕੱਲ ਤੁਸੀਂ ਦੇਖਿਆ ਹੋਣਾ ਉਹ ਸਾਰੇ ਇੱਕ ਮੁੱਦੇ ਤੇ ਇਕੱਠੇ ਹੋ ਕੇ ਵੀ ਅਕਾਲੀ ਦਲ ਨੂੰ ਇੱਕ ਇਹਨਾਂ ਦੇ ਕਿੰਨੇ ਮਹੀਨੇ ਹੋ ਗਏ ਸਰਕਾਰ ਬਣੀ ਨੂੰ ਇਹਨਾਂ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਸਰਕਾਰ ਹਰ ਫਰੰਟ ਤੇ ਫੇਲ ਹੋ ਗਈ ਹੈ ਕਾਂਗਰਸ ਪਾਰਟੀ ਖੱਖੜੀਆਂ ਖੱਖੜੀਆਂ ਹੋਈ ਪਈ ਸੀ ਕੱਲ ਵਾਲੇ ਮੁੱਦੇ ਤੇ ਲਿਆ ਕੇ ਆਪਦਾ ਡੈਮੇਜ ਕੰਟਰੋਲ ਕਰਨ ਚ ਲੱਗੇ ਹੈ ਇਹਨਾਂ ਦੀਆਂ ਜੋ ਹਿਡਨ ਏਜੰਡੇ ਹੈ ਉਹ ਸਿੱਖ ਸੰਗਤ ਸਮਝਦੀ ਹੈ ਲੋਕ ਇਹਨਾਂ ਨੂੰ ਕਦੇ ਮਾਫ਼ ਨਹੀਂ ਕਰਨਗੇ ਇਹ ਗੱਲ ਵੱਖਰੀ ਹੈ ਤੁਸੀਂ ਕਹਿ ਰਹੇ ਹੋ ਕਿ ਬੇਦਬੀ ਮਾਮਲੇ ਤੁਸੀਂ ਨਹੀਂ ਕਰਾਏ ਕਾਂਗਰਸ ਨੇ ਰੱਖੇ ਸਾਰੀ ਰਿਪੋਰਟਾਂ ਤੁਹਾਡੇ ਸਾਹਮਣੇ ਔਰ ਉਹਦੇ ਵਿੱਚ ਰਿਪੋਰਟ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਹੱਥ ਹੈਗਾ ਔਰ ਜਦ ਉੱਥੇ ਦੇ 2015 ਦੇ ਵਿੱਚ ਜਦ DIG ਗੱਲ ਕਰਦੇ ਨੇ ਤੇ ਉਸ ਰਿਪੋਰਟ ਦੇ ਦੌਰਾਨ ਇਹ ਕਿਹਾ ਜਾਂਦਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਹੁਕਮ ਦਿੱਤੇ ਸੀਗੇ ਗੋਲੀ ਚਲਾਉਣ ਦੇ ਕਲਾਕਾਂਡ ਦੇ ਵਿੱਚ ਕਿਤੇ ਪ੍ਰੂਫ ਨਹੀਂ ਹੁੰਦਾ ਇਹਨਾਂ ਦੀ ਹੀ ਸੈਡ ਸ਼ੀ ਸੈਡ ਹੈ ਜਿਹੜਾ ਇਹਨਾਂ ਨੇ ਸਟੇਟਮੈਂਟਾਂ ਲਈਆਂ ਉਹ ਜੇ ਤੁਸੀਂ ਪੂਰੀ ਰਿਪੋਰਟ ਇਹਨੂੰ ਪੜ੍ਹੋ ਇਹਨਾਂ ਦੀ ਆਪਦੀ ਰਿਪੋਰਟ ਨੂੰ ਉਹਦੇ ਵਿੱਚ ਵੀ ਵਾਰ ਵਾਰ ਇੱਕ ਗਵਾਹ ਵਿਟਨਸ ਨੂੰ ਕੋਟ ਕੀਤਾ ਇਹਨਾਂ ਨੇ ਤੇ ਇਹਨਾਂ ਨੇ ਸਰਦਾਰ ਮਨਤਾਰ ਸਿੰਘ ਬਰਾੜ ਸਰਦਾਰ ਸਿੰਘ ਆਪਣਾ ਹਾਈ ਕਮਾਂਡ ਵੱਲੋਂ ਮੋਸਟਲੀ ਧਰਨਾ ਕਾਰੀਆਂ ਨੂੰ ਸ਼ਾਂਤੀ ਨਾਲ ਪੇਸ਼ ਹੋਣ ਵਾਸਤੇ ਹਦੇਕਾਂ ਦਿੱਤੀਆਂ ਗਈਆਂ ਹਾਈ ਕਮਾਂਡ ਨੂੰ ਜਦੋਂ ਇਕੱਠੇ ਹੋਈਆਂ ਸੰਗਤਾਂ ਉੱਥੇ ਉਹਨਾਂ 'ਚ ਕੋਈ ਮਿਸਕਮਿਊਨੀਕੇਸ਼ਨ ਹੋਈ ਆ ਪੁਲਿਸ ਦੇ ਵਿੱਚ ਤੇ ਉਹਦੇ ਵਿੱਚ ਉਹ ਹੋਇਆ ਪਰ ਇਹਦੇ 'ਚ ਇਹਦਾ ਕਦੇ ਵੀ ਹੋ ਹੀ ਨਹੀਂ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਉਹਦੇ 'ਤੇ ਗੋਲੀ ਚਲਾਉਣ ਦੇ ਹੁਕਮ ਦੇਵੇ ਅੱਛਾ ਇੱਕ ਗੱਲ ਹੋਰ ਵੀ ਇੱਥੇ ਸਪਸ਼ਟ ਕਰਦੇ ਵਿਰੋਧੀ ਧਿਰ ਇਹ ਵੀ ਕਹਿੰਦਾ ਕਿ ਜਿਹੜੀ ਰਿਪੋਰਟਾਂ ਤੁਸੀਂ 5-5, 10-10 ਰੁਪਏ ਦੀ ਵੇਚ ਰਹੇ ਸੀਗੇ ਔਰ ਪੈਰਾਂ ਦੇ ਵਿੱਚ ਉਹ ਆ ਰਹੀ ਸੀਗੀ ਉਹਦੇ ਵਿੱਚ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਅੰਗਾਂ ਦੀ ਜਿਹੜੀ ਬੇਦਬੀ ਹੋਈ ਆ ਉਹ ਵੀ ਲਿਖੇ ਹੋਏ ਨੇ ਫਿਰ ਜੇਕਰ ਤੁਸੀਂ ਸਿੱਖਾਂ ਦੀ ਜਮਾਤ ਹੋ ਸਿੱਖਾਂ ਦੇ ਮਸਲਿਆਂ ਦੇ ਉੱਤੇ ਪੈਰਾ ਦਿੰਦੇ ਹੋ ਤਾਂ ਫਿਰ ਉਹਨੂੰ ਜ਼ਮੀਨ ਦੇ ਉੱਤੇ ਕਿਉਂ ਫਿਰ ਰੋੜ ਦਿੱਤਾ ਸੀਗਾ ਆਲੂਵਾਲੀਆ ਸਾਹਿਬ ਇਹ ਰਿਪੋਰਟ ਨੂੰ ਅਸੀਂ ਬਹੁਤ ਪਹਿਲਾਂ ਸਰਦਾਰ ਜਗਜੀਤ ਸਿੰਘ ਬਾਦਲ ਰੱਦ ਕਰ ਚੁੱਕੇ ਆ ਇਹ ਨਲ ਐਂਡ ਵੈਲਿਡ ਰਿਪੋਰਟ ਹੈ ਉਦੋਂ ਬਾਅਦ ਅਸੀਂ ਪ੍ਰੂਫ ਦਿੱਤੇ ਹੈ ਕਿ ਕਿਹੜਾ ਕਿੰਨੇ ਵਜੇ ਕਿੱਥੇ ਇਕੱਠਾ ਹੋਇਆ ਕਿਵੇਂ ਰਿਪੋਰਟ ਬਣਾਈ ਗਈ ਜਸਟਿਸ ਰਣਜੀਤ ਸਿੰਘ ਕਲੋਜ਼ ਰਿਲੇਟਿਵ ਹੈ ਸੁਖਪਾਲ ਸਿੰਘ ਖਹਿਰਾ ਦਾ ਐਵਰੀਬਾਡੀ ਨੋਸ ਉਹਨੂੰ ਮੈਂਬਰ MP ਵਿੱਚ ਆਫਰ ਦਿੱਤੀ ਗਈ ਹੈ ਬਣਾਉਣ ਨੂੰ ਉਹਦੇ ਅਧੀਨ ਸਾਰੀ ਸਾਜ਼ਿਸ਼ ਅਧੀਨ ਹੋਈ ਹੈ ਜਿਹੜੀ ਤੁਸੀਂ ਰਿਪੋਰਟ ਉਹਦਾ ਇੱਕ ਪ੍ਰੋਟੈਸਟ ਕਰਨ ਦਾ ਢੰਗ ਸੀਗਾ ਬਾਕੀ ਜਿਹੜਾ ਸਿੱਖਾਂ ਵਾਸਤੇ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਅਸੈਂਬਲੀ ਦੇ ਵਿੱਚ ਕਿਹਾ ਕਿ ਜਦ ਇਹ
ਵਾਪਰ ਰਿਹਾ ਸੀਗਾ ਪੰਜਾਬ ਦੇ ਵਿੱਚ, ਜਦ ਐਮਰਜੈਂਸੀ ਟਾਈਪ ਲੱਗੀ ਹੋਈ ਸੀਗੀ ਪੰਜਾਬ ਦੇ ਵਿੱਚ, ਇਹਨੂੰ ਐਮਰਜੈਂਸੀ ਕਹਿ ਸਕਦੇ ਹਾਂ ਕਿਉਂਕਿ ਬਹੁਤ ਬਹੁਤ ਮੁਸ਼ਕਿਲ ਸਮਾਂ ਸੀਗਾ ਉਸ ਟਾਈਮ, ਤਾਂ ਜਦ DIG ਨੇ ਫੋਨ ਕੀਤਾ ਤਾਂ ਇਹ ਰਿਪੋਰਟ ਦੇ ਵਿੱਚ ਲਿਖਿਆ ਹੋਇਆ ਬਾਦਲ ਸਾਹਿਬ ਸੋ ਰਹੇ ਸੀਗੇ ਦੁਪਹਿਰ ਨੂੰ 2 ਵਜੇ, ਸਰਕਾਰ ਵੱਲੋਂ ਕਦੇ ਵੀ ਇਹ ਨੀ ਕਿਹਾ ਗਿਆ ਵੀ ਕਿਸੇ ਤਰ੍ਹਾਂ ਦੀ ਸਖ਼ਤੀ ਕੀਤੀ ਜਾਵੇ। ਆਪਾਂ ਜਾਣਦੇ ਹਾਂ ਜਦੋਂ ਇਕੱਠ ਹੁੰਦਾ ਹੈ ਉਹਨਾਂ ਚ ਕੋਈ ਮਿਸਕਮਿਊਨੀਕੇਸ਼ਨ ਪੁਲਿਸ ਦੇ ਵਿੱਚ ਤੇ ਉਹਦੇ ਵਿੱਚ ਹੋਈ ਹੈ, ਉੱਥੇ ਖੱਟੜਾ ਸਾਹਿਬ ਦੀ ਪੂਰੀ ਰਿਟਨ ਉਸੇ SCT ਜਿਹੜੀ ਇਹ ਜਿਹਨੂੰ ਇਹ ਮੰਨ ਕੇ ਜਿਹਨੂੰ 2 ਵਾਰੀ ਐਪਰੀਸ਼ੀਏਟ ਕੀਤਾ ਹੈ ਸਰਦਾਰ ਜਸਟਿਸ ਰਣਜੀਤ ਸਿੰਘ ਨੇ, ਖੈਰ ਆਪਣਾ ਖੱਟੜਾ ਸਾਹਿਬ ਨੂੰ, ਉਸੇ ਖੱਟੜਾ ਸਾਹਿਬ ਦੀ ਰਿਪੋਰਟ DIG ਹੈ ਉਹਦੇ ਚ ਇਹ ਲਿਖਿਆ ਕਿ ਇਹ ਜਿਹੜੀ ਸਿਚੁਏਸ਼ਨ ਹੈ ਇੱਕ ਮਿਸਕਮਿਊਨੀਕੇਸ਼ਨ ਕਰਕੇ ਹੱਥੋਂ ਹੋਈ ਹੈ, ਇਹਦੇ ਚ ਸਰਕਾਰ ਦਾ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕੋਈ ਇਸ ਤਰ੍ਹਾਂ ਦਾ ਨੀ ਵੀ ਉਹਨੇ ਆਰਡਰ ਦਿੱਤੇ ਜਾਂ ਵੋਟ ਆ ਇਹ ਤਾਂ ਸਾਰੀਆਂ ਇਹਨਾਂ ਕੋਲੇ ਦੇਖੋ ਜਸਟਿਸ ਇਹਨਾਂ ਦਾ ਅਸੀਂ ਉਸ ਚੀਜ਼ ਨੂੰ ਸੀਰੀਅਸ ਨੀ ਲੈਂਦੇ, ਕੈਪਟਨ ਸਾਹਿਬ ਕਿੰਨੇ ਝੂਠ ਮਾਰਦੇ ਆ, ਰੂਸਾ ਆਲਮ ਕਿਹੜੇ ਵਿਜੇ ਤੇ ਆਈ ਹੋਈ ਹੈ ਜਿਹੜੀ ਤੀਜੇ ਦਿਨ ਇੱਥੇ ਆ ਜਾਂਦੀ ਹੈ, ਸਾਡੇ ਨੌਜਵਾਨਾਂ ਦੀ ਉੱਥੇ ਦੇਸ਼ ਦੀਆਂ ਸਰਹੱਦ ਤੇ ਉਹ ਸੈਲਾਂ ਲਈ ਜਾਂਦੇ ਆ ਤੇ ਇਹ ਇੱਥੇ ਪਾਰਟੀਆਂ ਕਰੀ ਜਾਂਦੇ ਆ, ਅਸੀਂ ਉਹ ਸਵਾਲ ਉਠਾਉਣੇ ਨਹੀਂ ਚਾਹੁੰਦੇ, ਉਹ ਸਮਾਂ ਨੀਗਾ ਉਹ ਵੀ ਉਠਾਵਾਂਗੇ, ਪਰ ਇਸ ਤਰ੍ਹਾਂ ਦੇ ਜੋ ਪੋਲੀਟੀਕਲ ਐਲੀਗੇਸ਼ਨ ਹੁੰਦੇ ਦੇ ਮੀਨ ਮਤਲਬ ਕਹਿਣ ਦਾ ਭਾਵ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਕ ਸਾਫ਼ ਹੈ ਬਿਲਕੁਲ। ਨਹੀਂ ਮੈਂ ਉਹ ਨਹੀਂ ਕਹਿੰਦਾ, ਸਾਡੇ ਮੈਂ ਪਹਿਲਾਂ ਹੀ ਮਾਫੀ ਮੰਗ ਚੁੱਕਿਆ ਸੀ, ਸਾਡੀ ਬਦਕਿਸਮਤੀ ਹੈ ਬਹੁਤ ਵੱਡੀ ਕਿ ਇਹ ਘਟਨਾ ਸਾਡੇ ਰਾਜ 'ਚ ਹੋਈ ਹੈ, ਔਰ ਇਹਦੇ ਚੋਂ ਜੋ ਵੀ ਅਸੀਂ ਬਹੁਤ ਵਾਰੀ ਮਾਫੀ ਮੰਗੀ ਹੈ ਔਰ ਉਹਦੀ ਅਸੀਂ ਸਜ਼ਾ ਭੁਗਤ ਰਹੇ ਹਾਂ, ਜੇ ਤੀਜੇ ਸਥਾਨ ਤੇ ਬੈਠੇ ਹੈ ਜਿਹੜੀ ਮੇਨ ਪਾਰਟੀ ਹੈ, ਔਰ ਅੱਜ ਇਹੀ ਕਾਂਗਰਸ ਇਹ ਝੂਠ ਦੇ ਆਧਾਰ ਤੇ ਕਿੰਨੀਆਂ ਸੀਟਾਂ ਲਈ ਬੈਠੀ ਹੈ, ਆਪਾਂ ਸਾਰੇ ਜਾਣਦੇ ਇਹਨਾਂ ਦਾ ਕੀ ਆਧਾਰ ਸੀ, ਆਮ ਆਦਮੀ ਦਾ ਮਿਲੀ ਭੁਗਤ ਕਰਕੇ ਇਹਨਾਂ ਨੇ ਪੰਜਾਬ ਦੇ ਨਾਲ ਇੱਕ ਫਰਾਡ ਕਰਕੇ ਝੂਠ ਦਾ ਫਰਾਡ ਦਾ ਝੂਠੇ ਲਾਰੇ ਲਾ ਕੇ ਪਾਵਰ 'ਚ ਆਏ ਆ, ਹੁਣ ਜਦੋਂ 1.5 ਸਾਲ ਮਗਰੋਂ ਲੋਕ ਖੜੇ ਹੋ ਗਏ ਸੀਗੇ ਹਰ ਮੁੱਦੇ ਤੇ ਵੀ ਤੁਸੀਂ ਵਾਅਦਾ ਕਰਕੇ ਸਰਕਾਰ ਬਣਾਈ ਹੈ ਕਿਸ ਮੁੱਦੇ ਤੇ, ਉਹ ਤੁਹਾਡੇ ਵਾਅਦੇ ਕਿੱਧਰ ਗਏ, ਤਾਂ ਇਹਨਾਂ ਨੇ ਬੇਅਦਬੀ ਵਾਲਾ ਮੁੱਦਾ ਅਨਫਾਰਚੂਨੇਟ ਜੋ ਹੋਇਆ ਉਹਨੂੰ ਢਾਲ ਬਣਾ ਕੇ ਇਹ ਸਾਬਤ, ਹੁਣ ਇਹਦੇ ਤੋਂ ਇਹਨਾਂ ਦੀ ਆਪਦੀ ਕਾਬਲੀਅਤ ਕੀ ਸਾਬਤ ਹੁੰਦੀ ਹੈ, ਇਹਨਾਂ ਨੇ ਜੋ ਸਰਕਾਰ ਬਣਾਈ ਜਿਹੜੇ ਵਾਅਦੇ ਕੀਤੇ ਸਮਝ ਕਿਉਂ ਨਹੀਂ ਆਉਂਦਾ, ਤੁਸੀਂ ਲੋਕ ਸਰਕਾਰ ਦੇ ਵਿੱਚ ਸੀਗੇ ਤੁਹਾਡੀ ਸੱਤਾ ਸੀਗੀ, ਤੁਸੀਂ ਵਿਭਾਗ ਤਰੀਕੇ ਨਾਲ ਆਪਣੀ ਗੱਲ ਰੱਖ ਸਕਦੇ ਸੀਗੇ ਉਸ ਟਾਈਮ, ਔਰ ਤੁਸੀਂ ਇਨਵੈਸਟੀਗੇਸ਼ਨ ਕਰਾ ਸਕਦੇ ਸੀਗੇ, ਇੱਕ ਅਜਿਹੀ ਇਨਵੈਸਟੀਗੇਸ਼ਨ ਹੁੰਦੀ ਤਾਂ ਕਿ ਰਿਪੋਰਟ ਸਾਹਮਣੇ ਆਉਂਦੀ, ਔਰ ਤੁਸੀਂ ਕਹਿੰਦੇ ਤੇ ਕਿ ਦੇਖੋ ਜੀ ਅਸੀਂ ਤਾਂ ਬਿਲਕੁਲ ਪਾਕ ਸਾਫ ਹਾਂ, ਸਾਡੇ ਤੇ ਕੋਈ ਇਹਦੇ ਵਿੱਚ ਹੱਥ ਨਹੀਂ ਹੈਗਾ, ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਸ ਟਾਈਮ ਹੀ ਹੋ ਜਾਂਦਾ। ਦੇਖੋ ਜਿਹੜੀ SCT ਦੀ ਇਨਵੈਸਟੀਗੇਸ਼ਨ ਸੀਗੀ CBI ਨੂੰ ਅੱਡ ਦਿੱਤੀ, ਉਹ ਅੱਡ ਚਲੀ SCT ਦੀ ਇਨਵੈਸਟੀਗੇਸ਼ਨ ਦੇ ਵਿੱਚ ਤੁਸੀਂ ਉਹਨਾਂ ਨੂੰ ਫੋਰਸ ਨਹੀਂ ਕਰ ਸਕਦੇ ਕਿ ਇੰਨੇ ਟਾਈਮ ਦੇ ਵਿੱਚ ਨਤੀਜੇ ਕੱਢ ਕੇ ਲਿਆਓ। ਜੇ ਹੁਣ ਦੇਖੀਏ ਸੇਮ ਪੁਲਿਸ ਆਫਿਸਰ ਖੱਟੜਾ ਇਸ ਹੈਡਿੰਗ ਦਾ ਇਨਵੈਸਟੀਗੇਸ਼ਨ, ਉਹਦੀ ਇਨਵੈਸਟੀਗੇਸ਼ਨ ਨੂੰ ਐਪਰੀਸ਼ੀਏਟ ਕੀਤਾ ਗਿਆ, ਉਸ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਨਿਯੁਕਤ ਕੀਤਾ ਸੀਗਾ। ਮੇਰਾ ਕਹਿਣ ਤੋਂ ਭਾਵ ਵੀ ਜਦੋਂ ਤੁਸੀਂ ਉਹਦੀ ਰਿਪੋਰਟ ਖੱਟੜਾ ਸਾਹਿਬ ਦੀ ਸਾਰੀ ਪੜ੍ਹੋ, ਉਸ ਦੇ ਦੁੱਧ ਤੇ ਦੁੱਧ ਪਾਣੀ ਸ਼ਾਮ ਆਉਂਦਾ ਵੀ ਇਹਦੇ ਚੋਂ ਜਿਹੜੀ ਉਹਨਾਂ ਦਾ ਕੋਈ ਮਿਸਕਮਿਊਨੀਕੇਸ਼ਨ ਕਰ। ਚਲੋ ਹੁਣ ਤਾਂ CBI ਤੋਂ ਹਟਾ ਕੇ ਹੁਣ ਪੰਜਾਬ ਪੁਲਿਸ ਦੇ ਕੋਲ ਆ ਗਈ ਹੈ, ਔਰ ਥੋੜ੍ਹੇ ਟਾਈਮ ਦੇ ਵਿੱਚ ਕਹਿ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਕਿ ਵੀ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਜਿਹੜੀ ਇਨਵੈਸਟੀਗੇਸ਼ਨ ਸਾਹਮਣੇ ਆਏਗੀ, ਲੇਕਿਨ ਹੁਣ ਦੇਖਣਾ ਹੋਏਗਾ ਰਾਜਨੀਤੀ ਦੀ ਹੈ ਧੁੰਦਲੀ ਪਈ ਹੋਈ ਤਸਵੀਰ ਕਿੰਨੀ ਕੁ ਸਾਫ਼ ਹੁੰਦੀ ਹੈ। ਆਲੂਵਾਲੀਆ ਸਾਹਿਬ ਇਹਨਾਂ ਦੀ ਸਰਕਾਰ ਹੈ, ਜਿੱਥੋਂ ਮਰਜ਼ੀ ਇਨਵੈਸਟੀਗੇਟ ਕਰਾ ਰਹੇ ਉਹ ਨਹੀਂ ਚੱਕਰ, ਜਿਨ੍ਹਾਂ ਨੇ 30 ਜੁਲਾਈ ਨੂੰ ਜਦੋਂ CBI ਨੂੰ ਦਿੱਤਾ ਸੀ ਉਦੋਂ ਸੁੱਤੇ ਪਏ ਸੀਗੇ ਵੀ ਅਸੀਂ ਲੋਕਲ ਕਰਾ ਸਕਦੇ ਹਾਂ, ਇਹਦਾ ਸਿਰਫ ਕੱਲ ਤੇ ਕੱਲ ਜੋ ਕੱਲ ਦਾ ਉੱਥੇ ਭਾਵਕ ਹੋ ਕੇ ਲੋਕਾਂ ਨੂੰ ਭੜਕਾਇਆ ਹੈ, ਇਹ ਗੱਲਾਂ ਤੱਕ ਕਹੀਆਂ ਵੀ ਹੁਣ ਲੋਕਾਂ ਨੂੰ ਅਕਾਲੀ ਪਿੰਡਾਂ ਨੀ ਵੜਨ ਦੇਣਗੇ, ਔਰ ਅੱਜ ਇਹ ਇਲੈਕਸ਼ਨਾਂ ਦਾ ਬਲਾਕ ਸਮਿਤੀ ਦੀਆਂ ਇਲੈਕਸ਼ਨਾਂ ਨੂੰ ਲਾਂਘ ਕਰਦੇ ਆ, ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਵੀ ਮੂਹਰੇ ਇਲੈਕਸ਼ਨ ਸਰਪੰਚ। ਅੱਛਾ ਇੱਕ ਗੱਲ ਹੋਰ ਵੀ ਇੱਥੇ ਸਾਹਮਣੇ ਨਜ਼ਰ ਆਉਂਦੀ, ਚਲੋ ਆਪਾਂ ਇੱਥੇ ਕਰ ਲੈਣੇ, ਤੁਸੀਂ ਕਹਿੰਦੇ ਹੋ ਕਿ ਅਸੀਂ ਸਿੱਖ ਕੌਮ ਦੀ ਹੱਕਾਂ ਦੇ ਲਈ ਲੜਦੇ ਹਾਂ ਔਰ ਸਿੱਖ ਕੌਮ ਦੇ ਲਈ ਅਸੀਂ ਪੈਰਾ ਦਿੰਦੇ ਹਾਂ, ਤੁਸੀਂ ਇਹ ਗੱਲ ਮੰਨਦੇ ਹੋ? ਬਿਲਕੁਲ ਜੀ ਬਿਲਕੁਲ, ਇਤਿਹਾਸ ਗਵਾਹ ਹੈ। ਠੀਕ ਹੈ, ਇਤਿਹਾਸ ਗਵਾਹ ਹੈ। ਹੁਣ ਇੱਕ ਇਤਿਹਾਸ ਇਹ ਵੀ ਤੁਸੀਂ ਸੁਨਹਿਰੇ ਪੰਨਿਆਂ ਦੇ ਵਿੱਚ ਲਿਖ ਦਵੋ ਕਿ 1984 ਸਿੱਖ ਜੈਨੋਸਾਈਡ ਨੂੰ ਲੈ ਕੇ ਤੁਹਾਡਾ ਭਾਈਵਾਲ ਹੈ BJP ਦੇ ਨਾਲ, ਹੈ ਨਾ, BJP ਦੇ ਨਾਲ ਤੁਹਾਡਾ ਬਹੁਤ ਵਧੀਆ ਸੰਬੰਧ ਹੈ, ਠੀਕ ਹੈ, ਸਟੈਂਡ ਚੱਕ ਲਓ ਆਪਣੇ, ਮੁਜ਼ਾਹਰੇ ਕਰੋ ਜਾ ਕੇ ਦਿੱਲੀ ਦੇ ਵਿੱਚ, ਲਾਓ ਮੁਜ਼ਾਹਰੇ, ਔਰ ਤੁਸੀਂ ਇਸ ਜਸਟਿਸ ਨੂੰ ਵੀ ਸਾਹਮਣੇ ਲੈ ਕੇ ਆਓ
ਤੁਸੀਂ ਕਹਿੰਦੇ ਹੋ ਕਾਂਗਰਸ ਕਾਂਗਰਸ ਇਨਸਟੈਡ ਆਫ ਤੁਸੀਂ ਬਲੇਮ ਕਰ ਰਹੇ ਹੋ ਕਾਂਗਰਸ ਨੂੰ ਕਿ ਕਾਂਗਰਸ ਨਹੀਂ ਸੀਗੀ, ਤੁਸੀਂ ਦਵਾ ਦਿਓ ਇਨਸਾਫ, ਤੁਹਾਡਾ ਭਾਈਵਾਲ ਹੈਗਾ ਬੀਜੇਪੀ ਦੇ ਨਾਲ। ਆਲੂਵਾਲੀਆ ਸਾਹਿਬ ਬੇਨਤੀ ਮੈਂ ਕਰਾਂ ਜੀ, ਸਾਡਾ ਬੀਜੇਪੀ ਦੇ ਨਾਲ ਰਾਜਨੀਤਿਕ ਸਮਝੌਤਾ ਹੈ ਬਹੁਤ ਮੁੱਦਿਆਂ ਤੇ, ਵੀ ਡੋਂਟ ਗੋ ਇਟ ਅਲੋਂਗ ਜੀ। ਜਿਸ ਤਰ੍ਹਾਂ ਅਸੀਂ ਅੱਜ ਵੀ ਜਿਹੜਾ ਕਈ ਮੁੱਦਿਆਂ ਦੇ ਉੱਪਰ ਸਾਡੇ ਚ ਮਤਭੇਦ ਹੈ, ਰਾਜਨੀਤਿਕ ਸੰਬੰਧ ਹੈ, ਫਿਰ ਰਾਜਨੀਤੀ ਹੋਏਗੀ ਇਸ ਨੂੰ ਲੈ ਕੇ। ਮੂਹਰੇ ਲਾਉਣ ਵਾਲੇ ਕੌਣ ਹੈ? ਦਿੱਲੀ ਸਿੱਖ ਅਕਾਲੀ ਦਲ ਹੈ, ਉਹ ਕਰ ਰਿਹਾ, ਨਾ ਕਿ ਇਹ ਕਿਤੇ ਬੀਜੇਪੀ ਵੱਲੋਂ ਕੀਤੀ ਜਾ ਰਹੀ ਹੈ। ਅਸੀਂ ਉਹਨਾਂ ਨੂੰ ਪੁੱਛ ਕਰਦੇ ਹਾਂ, ਪ੍ਰੂਫ ਪੇਸ਼ ਕਰ ਰਹੇ ਹਾਂ। ਮੈਂ ਤਾਂ ਕਹਿੰਦਾ ਵੀ ਇਹਨਾਂ ਤੋਂ ਦੇਖੋ ਓਵਰਆਲ ਹੈ ਜਿਹੜਾ, ਅਸੀਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਕਿ ਜੇ ਵੱਧ ਅਧਿਕਾਰ ਹੋਣ ਤਾਂ ਸਾਨੂੰ ਇਹਨਾਂ ਸਥਿਤੀਆਂ ਵਿੱਚ ਲੰਘਣਾ ਹੀ ਨਾ ਪਵੇ। ਵਿਰੋਧੀ ਧਿਰ ਦੇ ਆਗੂ, ਆਮ ਆਦਮੀ ਪਾਰਟੀ ਦੇ ਆਗੂ ਤੇ ਕਾਂਗਰਸ ਦੇ ਆਗੂ ਇਹ ਵੀ ਕਹਿੰਦੇ ਹਨ ਕਿ ਤੁਸੀਂ ਅਗਰ ਵਚਨਬੰਧ ਹੋ 1984 ਸਿੱਖ ਜੈਨੋਸਾਈਡ ਨੂੰ ਲੈ ਕੇ ਤਾਂ ਆਪਣਾ ਭਾਈਵਾਲ ਤੋੜ ਦਿਓ ਔਰ ਆਪਣਾ ਸਟੈਂਡ ਕਲੀਅਰ ਕਰ ਦਿਓ ਕਿ ਤੁਸੀਂ ਇਨਸਾਫ਼ ਨਹੀਂ ਦਵਾ ਪਾ ਰਹੇ ਤਾਂ ਅਸੀਂ ਤੁਹਾਡੇ ਨਾਲ ਭਾਈਵਾਲ ਨਹੀਂ ਰੱਖਦੇ, ਤੋੜ ਦਿਓ ਆਪਣਾ ਰਾਜਨੀਤਿਕ ਸੰਬੰਧ। ਤੁਸੀਂ ਪੰਜਾਬ 'ਚ ਨੋਟ ਕੀਤਾ ਹੋਣਾ, ਸਾਡੇ ਬਹੁਤ ਮਤਭੇਦ ਰਹੇ, ਅਸੀਂ ਸਾਰੀਆਂ ਚੀਜ਼ਾਂ ਤੇ ਇਹਨਾਂ ਦੇ ਨਾਲ ਸਹਿਮਤ ਨਹੀਂ ਜੀ। ਸਾਡੀ ਜਿਹੜੀ ਰਾਜਨੀਤੀ ਦੇ ਵਿੱਚ ਤੁਸੀਂ ਮਿਨੀਮਮ ਪ੍ਰੋਗਰਾਮ ਤੇ ਚੱਲਦੇ ਆ ਜੀ, ਜੇ ਇਹ ਗੱਲਾਂ ਨਹੀਂ ਹੁੰਦੀਆਂ ਵੀ ਤੁਸੀਂ ਕਦੇ ਤੋੜ ਦਿਓ ਤੇ ਜੋੜ ਦਿਓ। ਮੈਂ ਨਹੀਂ ਕਹਿੰਦਾ, ਤੁਹਾਡੇ ਵਿਰੋਧੀ ਧਿਰ ਕਹਿੰਦੇ ਨੇ ਕਿ ਅਗਰ ਤੁਸੀਂ ਸਟੈਂਡ ਰੱਖਦੇ ਹੋ। ਮੈਂ ਬੇਨਤੀ ਕਰਾਂ, ਸਾਡਾ ਲੰਮੇ ਸਮੇਂ ਤੋਂ ਇਹਨਾਂ ਦਾ ਗੱਠਜੋੜ ਚੱਲ ਰਿਹਾ, ਉਹਦੇ ਬਾਵਜੂਦ ਕਈ ਵਾਰੀ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਣਾ, ਅਸੀਂ ਇਹਨਾਂ ਨੂੰ ਆਪਦੇ ਸੀਟਾਂ ਬਾਰੇ ਵੀ ਸਾਡੇ ਮਤਭੇਦ ਹੁੰਦੇ ਆ, ਉੱਥੇ ਅਸੀਂ ਆਪਣੀ ਕਰਦੇ, ਜਿੱਥੇ ਸਾਡੀ ਚੱਲਦੀ ਅਸੀਂ ਚਲਾਉਂਦੇ ਹਾਂ, ਜਿੱਥੇ ਸਾਡੇ ਕੋਲ ਹੁਣ ਪੰਜਾਬ ਦੇ ਜਿੰਨੇ MP ਹੈ ਅਸੀਂ ਉਹਦੇ ਬਾਵਜੂਦ ਵੀ ਅਸੀਂ ਕੈਪਟਨ ਰੈਂਕ ਲਿਆ ਹੋਇਆ ਪੰਜਾਬ ਵਾਸਤੇ, ਕੁਛ ਨਾ ਕੁਛ ਫਿਰ ਵੀ ਲਈ ਆਉਂਦੇ ਆ। ਬੀਬੀ ਹਰਸਿਮਰਤ ਕੌਰ ਬਾਦਲ ਨੇ ਕੱਲ ਹੀ ਉੱਥੇ ਏਮਸ ਲਿਆਂਦਾ ਬਠਿੰਡੇ ਦੇ ਵਿੱਚ, ਆਊਟ ਆਫ ਵੇ ਜਾ ਕੇ ਇਹ ਹੈਲਪ ਨਹੀਂ ਕਰ ਰਹੇਗੇ। ਮੇਰਾ ਕਹਿਣ ਤੋਂ ਬਾਅਦ ਵੀ ਇਸ ਤਰ੍ਹਾਂ ਇਮੋਸ਼ਨ ਹੋ ਕੇ ਤੁਸੀਂ ਜਿਹੜੇ ਤੋੜਦੇ ਆ ਨਾ ਤੇ ਉਹਦੇ ਅਸਤੀਫਾ ਦੇ ਦਿਓ, ਉਹਦੇ ਉਹ ਚੀਜ਼ਾਂ ਇਮੋਸ਼ਨਲ ਤੌਰ ਤੇ ਤਾਂ ਠੀਕ ਆ, ਉਹ ਅਸੀਂ ਗੁੱਸਾ ਕੱਢ ਸਕਦੇ ਹਾਂ, ਪਰ ਇਹ ਆਊਟਪੁੱਟ ਉਹ ਨਹੀਂ ਆਉਂਦੀ ਜਿਹੜੀ ਵਿੱਚ ਰਹਿ ਕੇ ਆਉਂਦੀ ਹੈ। ਚਲੋ, ਗਿਵ ਮੀ ਯੋਰ ਸਟੈਂਡ, ਗਿਵ ਮੀ ਯੋਰ ਪਾਰਟੀ ਸਟੈਂਡ ਔਨ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਦੇ ਉੱਤੇ ਆਪਣਾ ਸਟੈਂਡ ਕਲੀਅਰ ਕਰ ਦਿਓ। ਦੇਖੋ ਜੀ, ਬੇਅਦਬੀ ਬਹੁਤ ਹੀ ਇੱਕ ਘਨਾਉਣਾ ਕਾਰਜ ਸੀਗਾ, ਜਿਹਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਹਰ ਸਿੱਖ ਦੇ ਹਿਰ ਦੇ ਬਲੂੰਦੇ ਗਏ ਆ। ਮੈਂ ਪਹਿਲਾਂ ਵੀ ਬੇਨਤੀ ਕਰ ਰਿਹਾ ਕਿ ਇਹ ਤਾਂ ਸਾਡੀ ਬਦਕਿਸਮਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਕਿ ਇਹ ਸਾਡੇ ਕਾਰਜਕਾਲ ਦੌਰਾਨ ਹੋਇਆ, ਪਰ ਇੰਨੀ ਜੇੜ ਲਈ ਉੱਥੇ ਲਾ ਕੇ SCST ਲਾਦੀ ਹੈ। ਔਰ ਮੈਂ ਹੋਰ ਬੇਨਤੀ ਕਰਾਂ, ਜਿਹੜੇ ਦੋਵੇਂ ਸਿੰਘ ਮਾਰੇ ਗਏ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀਆਂ ਸੀ, ਨਾ ਕਿ ਕੈਪਟਨ ਸਾਹਿਬ ਨੇ। ਇਹ ਕੱਲ ਉੱਥੇ ਝੂਠ ਮਾਰ ਕੇ ਗਏ ਵਿਧਾਨ ਸਭਾ ਦੇ ਵਿੱਚ, ਇਹਨਾਂ ਝੂਠ ਮਾਰਿਆ, ਉਹਨਾਂ ਦਾ ਰੈਕਰਡ ਝੂਠ ਮਾਰਿਆ। ਅੱਛਾ, ਇੱਕ ਪ੍ਰਤੀਕਰਮ, ਇੱਕ ਪ੍ਰਤੀਕਰਮ ਹੋਰ ਦੇ ਦਿਓ ਆਪਣਾ। ਸਿੱਖ ਡਾਇਸਪੋਰਾ ਤੇ ਸਭ ਤੋਂ ਪਹਿਲਾਂ ਉਹਨਾਂ ਦੇ ਸੈਂਟੀਮੈਂਟਸ ਹਰਟ ਹੋਏ ਨੇ, ਬਿਕੋਜ਼ ਉਹਨਾਂ ਨੂੰ ਲੱਗਦਾ ਹੈ ਕਿ ਜੋ ਹੋਇਆ ਪੰਜਾਬ ਦੇ ਵਿੱਚ ਆ ਨਹੀਂ ਹੋਣਾ ਚਾਹੀਦਾ ਸੀਗਾ। ਅਤੇ ਜਿਹੜੀਆਂ ਵੱਖ ਵੱਖ ਜਮਾਤਾਂ ਹਨ, ਔਰਗਨਾਈਜੇਸ਼ਨਸ ਹਨ ਆਲ ਓਵਰ ਵਰਲਡ ਦੇ ਵਿੱਚ, ਉਹ ਕਹਿੰਦੇ ਹਨ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਿਸੇ ਵੀ ਨੁਮਾਇੰਦੇ ਦਾ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਸਵਾਗਤ ਨਹੀਂ ਕਰਾਂਗੇ। ਦੇਖੋ ਜੀ, ਜਿਹੜੀਆਂ ਇਹ ਆ ਗੱਲ ਹੈ, ਇਹ ਕੋਈ ਜਥੇਬੰਦੀਆਂ ਜਿਹੜੀਆਂ ਹੈਗੀਆਂ, ਸਿੱਖ ਫਰ ਜਸਟਿਸ ਵਗੈਰੇ ਜਥੇਬੰਦੀਆਂ, ਇਹ ਪਹਿਲਾਂ ਤੋਂ ਸਾਡਾ ਵਿਰੋਧ ਕਰਦੀ ਤੇ ਕਦੋਂ ਦੇ ਸੰਮਣ ਦੇ ਜਾਂਦੇ ਆ। ਇਹਨਾਂ ਦਾ ਆਪਣਾ ਏਜੰਡਾ ਹੈ, ਉਹਦੇ 'ਚ ਫੇਲ ਹੁੰਦੀਆਂ, ਇਹ ਸਿੱਖਾਂ ਨੂੰ ਗੁੰਮਰਾਹ ਕਰ ਰਹੀਆਂ, ਇਹ ਖਾਲਸਾ ਨੂੰ ਬਣਾਉਂਦੀ ਹੈ, ਜੀ ਸੜ ਕੇ ਬਣਾਉਣ ਸਾਡਾ, ਅਸੀਂ ਉਸ ਇਸ਼ੂ ਤੇ ਸਾਡਾ ਕੋਈ ਇਹਨਾਂ ਨਾਲ ਮਤਭੇਦ ਨਹੀਂ, ਜੋ ਮਰਜ਼ੀ ਕਰਨ। ਜਿਹੜੀ ਆ ਗੱਲ ਹੈ, ਇਹਨੂੰ ਵੜਨ ਨਹੀਂ ਦੇਣਾ, ਤੁਸੀਂ ਆਲੂਵਾਲੀਆ ਸਾਹਿਬ ਖੁਦ ਸੋਚੋ, ਇਸ ਕੰਟਰੀ ਦੇ ਵਿੱਚ ਇਹ ਇੱਕ ਸਭਿਅਕ ਤਰੀਕਾ ਪ੍ਰਾਹੁਣਚਾਰੀ ਦਾ, ਤੁਸੀਂ ਕਿਸੇ ਨੂੰ ਕਿਵੇਂ ਰੋਕ ਸਕਦੇ ਹੋ? ਸਰਦਾਰ ਮਨਜੀਤ ਸਿੰਘ ਜੀ ਕੇ ਨਾਲ ਜੋ ਹਾਦਸਾ ਹੋਇਆ, ਆਪ ਸਾਡੀਆਂ ਪੱਗਾਂ ਸਿੱਖਾਂ ਨੇ ਲਈ ਜਾਂਦੇ ਆ, ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਕਿਹੜੇ ਮੂੰਹ ਨਾਲ ਪੱਗ ਦੀ ਲੜਾਈ ਲੜਾਂਗੇ? ਇਸ ਇਹ ਸਾਡੇ ਸਾਰੇ ਸਿੱਖਾਂ ਵਾਸਤੇ, ਵਿਦੇਸ਼ੀ ਸਿੱਖਾਂ, ਪ੍ਰਵਾਸੀ ਪੰਜਾਬੀਆਂ ਵਾਸਤੇ ਇਹ ਇੱਕ ਖਤਰੇ ਦੀ ਘੰਟੀ ਹੈ। ਸੋਚਣ ਦੀ ਲੋੜ ਹੈ, ਕਿਹੜੀਆਂ ਤਾਕਤਾਂ ਹੈ, ਜਿਹੜੀਆਂ ਇਲੈਕਟਡ ਮੈਂਬਰ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ GK ਸਾਹਿਬ ਇਲੈਕਟਡ ਪਰਸਨ ਹੈ, ਉਹਨਾਂ ਦੀਆਂ ਪੱਗਾਂ ਲਾਉਣ ਦਾ ਮਤਲਬ ਤੁਸੀਂ ਟੈਂਡਰ ਵੱਲ ਖੜੇ ਹੈ, ਜਾਂ ਤੁਸੀਂ ਉਹਦਾ ਉਹ ਮਕਸਦ ਪੂਰਾ ਕਰੇ ਜਿਹੜਾ ਉਹ ਚਾਹੁੰਦੇ ਆ, ਨਾ ਕਿ ਦਮ GK ਸਾਹਿਬ ਨੇ ਉਹਨਾਂ ਦਾ ਕੀਤਾ ਪਿਆ ਦਿੱਲੀ ਦੇ ਵਿੱਚ, ਤੁਹਾਡੇ ਸਾਹਮਣੇ ਸੱਚ ਦੀ ਦੀਵਾਰ ਬਣਾਈ ਹੈ ਤਾਂ GK ਸਾਹਿਬ ਦੇ ਅਰੈਸਟ ਵਾਰੰਟ ਜਾਰੀ ਕਰਤੇ ਕਾਂਗਰਸ ਨੇ। ਕਿੰਨੇ ਕੰਮ ਹੈ ਦਿੱਲੀ ਦੇ ਵਿੱਚ, ਫਤਿਹ ਦਿਵਸ ਮਨਾਇਆ, ਉਸ ਸ਼ਖਸ ਨੂੰ ਅਮਰੀਕਾ ਦੀ ਧਰਤੀ ਤੇ ਉਹਦੀ ਦਸਤਾਰ ਉਤਾਰੀ ਜਾ ਰਹੀ ਹੈ, ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੇ ਨੇ ਉਹ ਬਿਲਕੁਲ ਪਾਕ ਸਾਫ ਨੇ, ਉਹਨਾਂ ਦਾ ਕੋਈ ਹੱਥ ਨਹੀਂ ਹੈਗਾ ਬੇਅਦਬੀ ਮਾਮਲਿਆਂ ਦੇ ਵਿੱਚ, ਇਸ ਨੂੰ ਤੁਸੀਂ ਸਾਫ ਕਰਨ ਦੀ ਕੋਸ਼ਿਸ਼ ਕਰੋ।
ਇਸ ਤਸਵੀਰ ਨੂੰ ਔਰ ਤਸਵੀਰ ਜਦ ਇਹ ਸਾਹਮਣੇ ਆਏਗੀ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆਪਣੇ ਆਪ ਹੋ ਜਾਏਗਾ ਲੇਕਿਨ ਇਹ ਤਾਂ ਫਿਲਹਾਲ ਹੁਣ ਆਉਣ ਵਾਲਾ ਸਮਾਂ ਦੱਸੇਗਾ ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਟਾਈਮ ਦੇਣ ਲਈ ਬੜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਵੇਖ ਪਾ ਰਿਹਾ ਜੀ ਕਾਫੀ ਸਾਰੇ ਕਾਲਰਸ ਵੀ ਇਸ ਟਾਈਮ ਫੋਨ ਲਾਈਨ ਦੇ ਉੱਤੇ ਜੁੜੇ ਹੋਏ ਨੇ ਆਪਣੇ ਪ੍ਰਤੀਕਰਮ ਦੇਣ ਦੇ ਲਈ ਸਮਾਂ ਮੈਨੂੰ ਇੱਥੇ ਇਜਾਜ਼ਤ ਦੇ ਰਿਹਾ ਇੱਕ ਨਿੱਕੇ ਜਿਹੇ ਵਕਫੇ ਲਈ ਔਰ ਵਕਫੇ ਤੋਂ ਬਾਅਦ ਜਦ ਮੈਂ ਵਾਪਸ ਆਵਾਂਗਾ ਲਵਾਂਗਾ ਤੁਹਾਡੀ ਫੋਨ ਕਾਲਸ ਔਰ ਕੋਸ਼ਿਸ਼ ਕਰਾਂਗਾ ਕਿ ਕਿਸੇ ਕਾਂਗਰਸ ਦੇ ਬੁਲਾਰੇ ਨੂੰ ਵੀ ਜੋੜ ਲਈਏ ਔਰ ਉੱਤੋਂ ਵੀ ਆਪਾਂ ਸਪਸ਼ਟੀਕਰਨ ਲੈ ਲਈਏ ਬ੍ਰੇਕ ਤੋਂ ਉਸ ਪਾਰ